ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਜਤਿਨ ਹੋਮ ਗਲੋਬਲ ਜਲੰਧਰ ਤੋਂ। ਅੱਜ ਮੇਰੇ ਨਾਲ ਨੇ ਜੀ ਹਰਜੋਤ ਸਿੰਘ, ਜਿਹਦਾ ਯੂਕੇ ਦਾ ਵੀਜ਼ਾ ਗ੍ਰਾਂਟ ਹੋਇਆ। ਹਾਲਾਂਕਿ ਬਹੁਤ ਸਾਰੇ ਬੱਚੇ ਇਦਾਂ ਦੇ ਵੀ ਪੈਂਡਿੰਗ ਹੈਗੇ ਆ ਜਿਨ੍ਹਾਂ ਦੀ ਆਫਰ ਲੈਟਰਸ ਨਹੀਂ ਆਉਂਦੀਆਂ ਪਈਆਂ ਜਾਂ ਜਿਨ੍ਹਾਂ ਦੇ ਹਲੇ ਕੈਸ਼ ਪੈਂਡਿੰਗ ਆ, ਬਟ ਇਹ ਜਿੰਨੀ ਜਲਦੀ ਆਇਆ ਸਾਡੇ ਕੋਲ ਉਨੀ ਜਲਦੀ ਅਸੀਂ ਇਹਦਾ ਵੀਜ਼ਾ ਲਗਵਾ ਕੇ ਦਿੱਤਾ। ਅਤੇ ਮੈਂ ਬਹੁਤ ਬਹੁਤ ਮੁਬਾਰਕਾਂ ਕਰਦਾ ਹਰਜੋਤ ਨੂੰ। ਅਤੇ ਮੈਂ ਤੇਰੇ ਕੋਲ ਇਹ ਪੁੱਛਣਾ ਚਾਹੁੰਦਾ, ਕਿਵੇਂ ਰਹੀ ਤੇਰੀ ਹੋਮ ਗਲੋਬਲ ਦੇ ਨਾਲ ਸਰਵਿਸ? ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹਰਜੋਤ ਸਿੰਘ। ਸਭ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਦਾ ਥੈਂਕ ਯੂ ਕਰਨਾ ਚਾਹੂੰਗਾ। ਦੂਜਾ, ਜਦੋਂ ਮੈਂ ਇਹਨਾਂ ਦੇ ਕੋਲ ਆਇਆ, ਮੈਨੂੰ ਜਿਸ ਟਾਈਮ ਪੀਰੀਅਡ ਨੇ ਇਹਨਾਂ ਨੇ ਦੱਸਿਆ ਸਾਰਾ ਕੁਝ, ਮੇਰਾ ਸਾਰਾ ਵੀਜ਼ਾ ਉਨੇ ਟਾਈਮ ਪੀਰੀਅਡ ਦੇ ਵਿੱਚ ਆਇਆ। ਐਕਚੁਲੀ ਮੈਂ ਆਪਣੀ 12th ਸੰਤ ਬਾਬਾ ਭਗਤ ਸਿੰਘ ਯੂਨੀਵਰਸਿਟੀ ਤੋਂ ਕੀਤੀ ਸੀ। ਉਸ ਤੋਂ ਬਾਅਦ ਮੈਂ ਆਪਣਾ ਆਇਲਸ ਦਾ ਐਗਜ਼ਾਮ ਦਿੱਤਾ ਐਂਡ ਮੇਰੇ ਬਹੁਤ ਵਧੀਆ ਵੈਂਟ ਸਕੋਰ ਸੀਗੇ। ਮੁੜ ਕੇ ਮੇਰੇ ਬ੍ਰਦਰ ਨੇ ਮੈਨੂੰ ਇੱਥੇ ਸੁਜੈਸਟ ਕੀਤਾ ਅੰਬਲੋਵਲ ਜਲੰਧਰ ਦਾ। ਐਂਡ ਜਦੋਂ ਮੈਂ ਇਹਨਾਂ ਦੇ ਕੋਲ ਆਇਆ, ਇਹਨਾਂ ਨੇ ਜਿੰਨਾ ਮੈਨੂੰ ਟਾਈਮ ਪੀਰੀਅਡ ਦੱਸਿਆ, ਜੋ ਪ੍ਰੋਸੀਜਰ ਦੱਸਿਆ, ਐਗਜੈਕਟਲੀ ਸੇਮ ਉੱਦਾਂ ਹੀ ਹੋਇਆ। ਉਸ ਦੇ ਵਿੱਚ ਕੋਈ ਵੀ ਚੇਂਜ ਨਹੀਂ ਆਇਆ। ਇਹਨਾਂ ਨੇ ਕਿਹਾ ਸੀ ਜੋ ਸਾਰੇ ਪੈਸੇ ਹੋਣਗੇ ਸਭ ਵੀਜ਼ੇ ਤੋਂ ਬਾਅਦ ਆਉਣਗੇ। ਮੇਰੇ ਵੀਜ਼ੇ ਤੋਂ ਬਾਅਦ ਇਹਨਾਂ ਨੇ ਸਾਰੇ ਪੈਸੇ ਲਏ ਆ। ਅਤੇ ਮੈਂ ਸਾਰਿਆਂ ਦਾ ਬਹੁਤ ਥੈਂਕ ਯੂ ਕਰਦਾ, ਕਿਉਂਕਿ ਕਈ ਏਜੰਟ ਜਿੱਦਾਂ ਝੂਠੇ ਲਾਰੇ ਲਾ ਕੇ ਆਪਾਂ ਨੂੰ ਫਸਾਈ ਰੱਖਦੇ ਆ। ਸਰ ਹੁਣ ਇੱਦਾਂ ਕੁਛ ਨਹੀਂ ਕੀਤਾ ਇਹਨਾਂ ਨੇ, ਥੋੜ੍ਹਾ ਹੀ ਜਿੰਨਾ ਪੀਰੀਅਡ ਦੱਸਿਆ ਸੀ ਟਾਈਮ ਦਾ ਮੈਨੂੰ, ਉਹਨਾਂ ਦੇ ਵਿੱਚ ਇਹਨਾਂ ਨੇ ਸਾਰਾ ਕੁਛ ਡਨ ਕਰਕੇ ਦਿੱਤਾ ਮੈਨੂੰ। ਅਤੇ ਮੈਂ ਸਰ ਹੁਣ ਦੁਬਾਰਾ ਫਿਰ ਥੈਂਕ ਯੂ ਕਰਦਾ ਦਿਲੋਂ ਕਿ ਇਹਨਾਂ ਨੇ ਮੇਰਾ ਵੀਜ਼ਾ ਜਲਦੀ ਤੋਂ ਜਲਦੀ ਲਗਵਾ ਕੇ ਦਿੱਤਾ। ਮੈਂ ਸਭ ਨੂੰ ਇਹੀ ਸੁਜੈਸਟ ਕਰਨਾ ਚਾਹੂੰਗਾ ਕਿ ਜਿਹੜਾ ਵੀ ਕੋਈ ਮੇਰਾ ਵੀਰ ਭਰਾ ਜਾਣਾ ਚਾਹੁੰਦਾ ਹੈ ਬਾਹਰ, ਉਹ ਇੱਥੇ ਇਹਨਾਂ ਦੇ ਕੋਲ ਵਿਜ਼ਿਟ ਕਰੇ, ਓਮ ਗਲੋਬਲ ਵਾਲਿਆਂ ਦੇ ਕੋਲ। ਬਾਕੀ ਇਹਨਾਂ ਦਾ ਬਹੁਤ ਬਹੁਤ ਥੈਂਕ ਯੂ ਸਰ ਹੁਣਾਂ ਦਾ। ਧੰਨਵਾਦ ਜੀ ਤੁਹਾਡਾ, ਧੰਨਵਾਦ ਸਾਰਿਆਂ ਦਾ ਜੋ ਤੁਸੀਂ ਇੱਥੇ ਆਉਂਦੇ ਆ, ਸਾਡੀ ਸਰਵਿਸ ਨੂੰ ਦੇਖਦੇ ਆ, ਉਸ ਤੋਂ ਬਾਅਦ ਆਪਣਾ ਵੀਜ਼ਾ ਅਪਲਾਈ ਕਰਦੇ ਆ। ਸੋ ਆ ਰਿਹਾ ਜੀ ਹਰਜੋਤ ਦਾ ਵੀਜ਼ਾ। ਧੰਨਵਾਦ ਜੀ।